ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਲੁਧਿਆਣਾ ਵਿੱਚ ਸ਼ਰਿਆਮ ਇੱਕ ਗੁਰਦੁਆਰਾ ਸਾਹਿਬ ਢਾਹ ਕੇ ਤਬਾਹ ਕੀਤਾ ਗਿਆ ਤੇ ਨਿਸ਼ਾਨ ਸਾਹਿਬ ਨੂੰ ਜੀਸੀਪੀ ਦੇ ਨਾਲ ਬਹੁਤ ਹੀ ਬੁਰੀ ਤਰ੍ਹਾਂ ਭੰਨਿਆ ਗਿਆ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਪਤਾ ਲੱਗਣ ਤੇ ਵੀ ਉੱਥੇ ਕੋਈ ਵੀ ਸਿੱਖ ਨਹੀਂ ਪਹੁੰਚਿਆ ਗੁਰਦੁਆਰਾ ਸਾਹਿਬ ਨੂੰ ਤੇ ਨਿਸ਼ਾਨ ਸਾਹਿਬ ਨੂੰ ਜੀਸੀਪੀ ਦੇ ਨਾਲ ਬਹੁਤ ਹੀ ਬੁਰੀ ਤਰ੍ਹਾਂ ਢਾਹਿਆ ਗਿਆ ਹੈ ਗੁਰੂ ਸਾਹਿਬ ਦਾ ਪੱਖਿਆ ਹੋਏ ਨਿਸ਼ਾਨ ਸਾਹਿਬ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਹੈ ਤੇ ਇਹੀ ਸਿੱਖ ਕੌਮ ਦੀ ਪਛਾਣ ਵੀ ਹੈ ਗੁਰੂ ਸਾਹਿਬ ਨੇ ਨਿਸ਼ਾਨ ਸਾਹਿਬ ਨੂੰ ਇੰਨਾ ਜ਼ਿਆਦਾ ਸਤਿਕਾਰ ਦਿੱਤਾ ਹੈ ਜਦੋਂ ਕੋਈ ਵੀ ਨਿਹੰਗ ਸਿੰਘ ਘੋੜੇ ਤੋਂ ਸਫਰ ਕਰਦਾ ਹੈ ਤੇ ਜੇ ਦੂਰੋਂ ਹੀ ਉਸ ਨੂੰ ਨਿਸ਼ਾਨ ਸਾਹਿਬ ਝੂਲਦਾ ਦਿਖ ਜਾਵੇ ਤੇ ਉਹ ਨਿਸ਼ਾਨ ਸਾਹਿਬ ਦੇ ਸਤਿਕਾਰ ਵਿੱਚ ਘੋੜੇ ਤੋਂ ਉਤਰ ਜਾਂਦਾ ਹੈ ਨਿਸ਼ਾਨ ਸਾਹਿਬ ਸਿੱਖ ਕੌਮ ਦੀ ਤਾਕਤ ਦਾ ਪ੍ਰਤੀਕ ਹੈ ਤੇ ਕੋਈ ਵੀ ਜਣਾ ਖਣਾ ਉਸ ਨੂੰ ਆ ਕੇ ਤੋੜ ਜਾਵੇ ਇਹ ਗੱਲ ਗਲਤ ਹੈ ਸਮਾਪਾਕੀ ਤਾਂ ਇਸ ਦਾ ਵੀ ਬਦਲਾ ਲਿਆ ਜਾਵੇਗਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉੱਥੇ ਕੋਈ ਨਹੀਂ ਪਹੁੰਚਿਆ ਨਿਸ਼ਾਨ ਸਾਹਿਬ ਦੇ ਸਲੋਤਰ ਨੂੰ ਜੀਸੀਪੀ ਦੇ ਨਾਲ ਪੂਰੀ ਤਰ੍ਹਾਂ ਬਿੰਗਾ ਕਰ ਦਿੱਤਾ ਗਿਆ ਸੀ। ਲੰਗਰ ਹਾਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਉਹ ਬਰਤਨ ਵੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ। ਸਭ ਤੋਂ ਪਹਿਲਾਂ ਗੇਟ ਤੋੜਿਆ ਗਿਆ, ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦਾ ਥੜਾ ਤੋੜਿਆ ਗਿਆ ਤੇ ਸਲੋਤਰ ਵੀ ਪੂਰੀ ਤਰ੍ਹਾਂ ਬਿੰਗਾ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ 1 ਦਿਨ ਹੋ ਚੁੱਕਾ ਹੈ ਪਰ ਕਿਸੇ ਵੀ ਨਿਊਜ਼ ਚੈਨਲ ਨੇ ਇਸ ਘਟਨਾ ਨੂੰ ਨਹੀਂ ਦਿਖਾਇਆ। ਇਹ ਗੱਲ ਸਿੱਖਾਂ ਤੱਕ ਨਹੀਂ ਪਹੁੰਚਾਈ ਗਈ ਜੋ ਕਿ ਨਿਊਜ਼ ਚੈਨਲ ਰਾਹੀਂ ਪਹੁੰਚਾਈ ਜਾ ਸਕਦੀ ਸੀ। ਨਿਊਜ਼ ਚੈਨਲ ਪ੍ਰਸ਼ਾਸਨ ਲਈ ਹੀ ਕੰਮ ਕਰਦੇ ਹਨ। ਤੇ ਜੋ ਉਹ ਖਬਰ ਦਿਖਾਉਣਾ ਚਾਹੁੰਦੇ ਹਨ ਉਹੀ ਦਿਖਾਈ ਜਾਂਦੀ ਹੈ ਜਦੋਂ ਕਿਸੇ ਨਿਹੰਗ ਸਿੰਘ ਨੇ ਆਪਣੀ ਆਤਮ ਰੱਖਿਆ ਵਾਸਤੇ ਸ਼ਸਤਰਾਂ ਦੀ ਵਰਤੋਂ ਕੀਤੀ ਹੁੰਦੀ ਹੈ ਤੇ ਨਿਊਜ਼ ਚੈਨਲ ਵਾਲੇ ਉਸ ਖਬਰ ਨੂੰ ਤੋੜ ਮਰੋੜ ਕੇ ਦਿਖਾਉਂਦੇ ਹਨ ਇਸ ਪਿੱਛੇ ਮਕਸਦ ਸਿਰਫ ਸਿੱਖੀ ਸਰੂਪ ਨੂੰ ਬਦਨਾਮ ਕਰਨ ਦਾ ਹੁੰਦਾ ਹੈ ਉਹ ਗੁਰੂ ਘਰ ਦੀ ਬੇਇੱਜ਼ਤੀ ਕਰਨ ਵਾਲੇ ਬੰਦੇ ਕੌਣ ਸੀ ਇਸ ਗੱਲ ਦਾ ਹਲੇ ਪਤਾ ਨਹੀਂ ਲੱਗਿਆ ਹੈ ਪਰ ਆਪ ਸਭ ਨੇ ਇੱਕ ਕਿਰਪਾ ਕਰਨੀ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰਨਾ ਤਾਂ ਕਿ ਹੋਰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਆਪ ਸਭ ਨੇ ਇੱਕ ਕਿਰਪਾ ਕਰਨੀ ਕਿ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰਨਾ ਤੇ ਜੇ ਤੁਹਾਡਾ ਵੀ ਕੋਈ YouTube ਚੈਨਲ ਹੈ ਤੇ ਇਸ ਟੌਪਿਕ ਦੇ ਉੱਤੇ ਇੱਕ ਵੀਡੀਓ ਜ਼ਰੂਰ ਬਣਾਇਓ ਤੇ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋ ਤਾਂ ਕਿ ਹੋਰ ਸਿੱਖਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ ਹੋਰ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ ਕਿਉਂਕਿ ਨਿਊਜ਼ ਚੈਨਲ ਵਾਲਿਆਂ ਨੇ ਇਹ ਖਬਰ ਨਹੀਂ ਦਿਖਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ